ਸਤ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਆਊਟ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਇਸ ਦੇ ਵਿੱਚ ਟੋਟਲ ਜਿਹੜੇ ਨੋਟੀਫਿਕੇਸ਼ਨ ਨੇ ਪੀਟ੍ਰਬਲੱਸ ਵੀ ਵੱਲੋਂ 4 ਨਵੇਂ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਉਹਨਾਂ ਦੀ ਵੈਬਸਾਈਟ ਦੇ ਉੱਪਰ ਕੀ ਕੀ ਉਹਨਾਂ ਅਪਡੇਟਸ ਵਿੱਚ ਉਹਨਾਂ ਨੇ ਦੱਸਿਆ ਹੋਇਆ ਹੈ ਉਹਦੇ ਬਾਰੇ ਪੂਰੀ ਬਰੀਫ ਚ ਗੱਲ ਕਰਾਂਗੇ ਸੋ ਤੁਸੀਂ ਅਗਰ ਫਸਟ ਟਾਈਮ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਉਹ ਨਾਲ ਦੇ ਨਾਲ ਬੈਲ ਆ ਰਵੇ ਤੇ ਤੁਸੀਂ ਸਮਾਂ ਰਹਿੰਦੇ ਉਹਦੇ ਲਈ ਅਪਲਾਈ ਵੀ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਵੀ ਕਈ ਵੈਕੈਂਸੀਜ਼ ਜਿਹੜੀਆਂ ਇਸ ਤੋਂ ਇਲਾਵਾ ਨੇ ਉਹ ਆਊਟ ਕਰ ਦਿੱਤੇਗੇ ਇਹਨੇ ਪੰਜਾਬ ਦੇ ਵਿੱਚ ਤੁਸੀਂ ਜਾ ਕੇ ਸਾਡੀ ਵੈਬਸਾਈਟ ਤੋਂ ਚੈੱਕ ਕਰ ਸਕਦੇ ਹੋ ਸਾਰੇ ਅਪਡੇਟ ਸਭ ਤੋਂ ਪਹਿਲਾਂ ਲੈਣ ਦੇ ਲਈ ਸਾਡੀ ਵੈਬਸਾਈਟ ਜੋ ਕਿ www.clori.com ਹੈ ਉਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਲੇਕਿਨ ਉਹਦੇ ਲਈ ਤੁਹਾਨੂੰ Google 'ਚ ਜਾ ਕੇ ਟਾਈਪ ਕਰਨਾ ਹੋਵੇਗਾ clori.com ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਏਗੀ ਉਹਨੂੰ ਉੱਥੋਂ ਤੁਸੀਂ ਸਾਰੇ ਅਪਡੇਟ ਚਾਹੇ ਸੈਂਟਰ ਦੇ ਹੁਣ ਸਟੇਜ ਦੇ ਹੋਣ ਜਾਂ ਪੰਜਾਬ ਗਵਰਨਮੈਂਟ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੋਵੇ ਐਗਜ਼ਾਮ ਦੇ ਰਿਲੇਟਿਡ ਅਪਡੇਟ ਹੋਣ ਜਾਂ ਕਿਸੇ ਸਟੱਡੀ ਮਟੀਰੀਅਲ ਰਿਲੇਟਿਡ ਸਾਰੇ ਅਪਡੇਟ ਤੁਹਾਨੂੰ ਸਾਡੀ ਵੈਬਸਾਈਟ ਤੋਂ ਮਿਲ ਜਾਣਗੇ ਔਰ ਇਸ ਦੇ ਨਾਲ ਅਗਰ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਚ ਅਵੇਲੇਬਲ ਹੈ ਜੀ ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਆ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਜੀ ਅਪਡੇਟਸ ਦੇ ਉੱਪਰ ਉੱਥੇ ਜਾ ਕੇ ਵਨ ਬਾਈ ਵਨ ਅਸੀਂ ਚਾਰੇ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਡਿਸਕਸ ਕਰਾਂਗੇ ਕੀ ਕੀ ਅਪਡੇਟਸ ਦੇ ਵਿੱਚ ਉਹਨਾਂ ਨੇ ਜਿਹੜਾ ਤੁਹਾਨੂੰ ਦੱਸਿਆ ਹੋਇਆ ਹੈ ਜੀ ਫਰਸਟ ਨੋਟੀਫਿਕੇਸ਼ਨ ਜਿਹੜਾ ਕਿ PTP SB ਦੀ ਵੈਬਸਾਈਟ ਤੇ ਜਾਰੀ ਕੀਤਾ ਗਿਆ ਹੈ ਜੀ ਉਹ ਹੈਗਾ ਜੀ ਐਡਰੈਸ ਫॉर ਐਗਜ਼ਾਮੀਨੇਸ਼ਨ ਸੈਂਟਰ ਫॉर एग्जाम ਡੇਟਡ 21st ਆਫ ਨਵੰਬਰ 2021 ਸੰਡੇ ਫॉर द ਪੋਸਟ ਆਫ ਮੈਡੀਕਲ ਲੈਬ ਅਟੈਂਡੈਂਟ ਐਂਡ ਲੈਬ ਟੈਕਨੀਸ਼ੀਅਨ ਮਲ ਐਡੀਆ ਪੋਸਟਾਂ ਆਊਟ ਕੀਤੀਆਂ ਗਈਆਂ ਸੀ ਮੈਡੀਕਲ ਲੈਬ ਅਟੈਂਡੈਂਟ ਦੀਆਂ ਤੇ ਲੈਬ ਟੈਕਨੀਸ਼ੀਅਨ ਦੀਆਂ ਜੋ ਕਿ ਐਡਵਰਟਾਈਜ਼ਮੈਂਟ ਨੰਬਰ 16/2021 ਸੀਗਾ ਉਸ ਦੇ ਰਿਲੇਟਿਡ ਉਹਨਾਂ ਨੇ ਜਿਹੜੇ ਨੇ ਐਗਜ਼ਾਮੀਨੇਸ਼ਨ ਸੈਂਟਰ ਜਿਹੜੇ ਨੇ ਉਹ ਦੋਨੋਂ ਹੀ ਆਊਟ ਕਰ ਦਿੱਤੇ ਗਏ ਨੇ ਇੱਥੇ ਲਿਖਿਆ ਹੋਇਆ ਪੋਸਟ ਲੈਬ ਮੈਡੀ ਮਾਰਨਿੰਗ ਦਾ ਸੈਸ਼ਨ ਹੋਏਗਾ ਔਰ ਈਵਨਿੰਗ ਦਾ ਹੋਏਗਾ ਸੇਮ ਤੁਸੀਂ ਦੇਖ ਪਾ ਰਹੇ ਹੋ ਸੇਂਟ ਜੋਸ ਜੋਸਫ ਸੀਨੀਅਰ ਸੈਂਟਰੀ ਸਕੂਲ ਸੈਕਟਰ 44 ਚੰਡੀਗੜ੍ਹ ਦੇ ਵਿੱਚ ਜੋ ਕਿ ਸਾਰੇ ਕੈਂਡੀਡੇਟ ਦੇ ਰੋਲ ਨੰਬਰ ਜਿਹੜੇ ਨੇ ਉੱਥੇ ਆਏ ਹੋਏ ਨੇ ਕੋਈ ਡੈਡੀਕੇਟਿਡ ਰੋਲ ਨੰਬਰ ਅਸਾਈਨ ਜਿਹੜੇ ਨੇ ਸਕੂਲਾਂ ਨੂੰ ਨਹੀਂ ਕੀਤੇ ਗਏ ਸੋ ਇੱਕ ਹੀ ਸਕੂਲ ਦੇ ਵਿੱਚ ਮਾਰਨਿੰਗ ਅਤੇ ਈਵਨਿੰਗ ਸ਼ਿਫਟ ਦੇ ਵਿੱਚ ਤੁਹਾਡਾ ਜਿਹੜਾ ਟੈਸਟ ਹੈ ਡਿਟੈਂਟ ਟੈਸਟ ਹੈ ਉਹ ਇੱਥੇ ਹੋਣ ਜਾ ਰਿਹਾ ਹੈ ਜੀ ਜਿਹੜੇ ਵੀ ਕੈਂਡੀਡੇਟ ਨੇ ਅਪਲਾਈ ਕੀਤਾ ਸੀਗਾ ਸੋ ਜਲਦੀ ਨਾਲ ਜਾ ਕੇ ਚੈੱਕ ਕਰ ਲਓ ਜੀ ਔਰ ਐਡਰੈਸ ਤੁਹਾਨੂੰ ਪਤਾ ਲੱਗੀ ਗਿਆ ਹੋਏਗਾ ਨਾਲ ਦੀ ਨਾਲ ਅਗ ਤੇ ਚਲੋ ਹੁਣ ਅਸੀਂ ਗੱਲ ਕਰ ਲੈਨੇ ਆ ਸੈਕੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੋ ਕਿ ਪੀਡ ਰਿਪਲਐਚਬੀ ਦੀ ਵੈਬਸਾਈਟ ਤੇ ਜਾਰੀ ਕੀਤਾ ਗਿਆ ਹੈ ਜੀ ਸੈਕੰਡ ਨੋਟੀਫਿਕੇਸ਼ਨ ਅਦੀਨ ਸੇਵਾਵਾਂ ਚੋਨਬੜ ਪੰਜਾਬ ਦੀ ਵੈਬਸਾਈਟ ਤੇ ਜਾਰੀ ਕੀਤਾ ਗਿਆ ਹੈ ਜੋ ਕਿ ਅਦੀਨ ਸੇਵਾਵਾਂ ਚੋਨਬੜ ਵੱਲੋਂ ਇਸ਼ਤਿਹਾਰ ਨੰਬਰ 18 ਆਫ 2021 ਕਲਰਕ ਆਈਟੀ ਠੀਕ ਹੈ ਜੀ ਕਲਰਕ ਲੇਖਾ ਤੇ ਇਹਨਾਂ ਦੇ ਵਿੱਚ ਨਾ ਇੱਕ ਪ੍ਰੋਬਲਮ ਆ ਰਹੀ ਸੀ ਫੀਸ ਭਰਨ ਦੇ ਰਿਲੇਟਡ ਕਾਫੀ ਸਾਰੇ ਕੈਂਡੀਡੇਟਸ ਨੂੰ ਸਾਨੂੰ ਵੀ ਕਮੈਂਟਸ ਆ ਰਹੀ ਸੀਗੇ ਕਿ ਫੀਸ ਭਰਦੇ ਹੋਏ ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ ਸੋ ਇਸ ਫੀਸ ਨੂੰ ਭਰਦੇ ਹੋਏ ਉਹਨਾਂ ਨੂੰ ਕਈ ਵਾਰੀ ਕੀ ਹੁੰਦਾ ਡੇਡੋ ਬਟ ਨਹੀਂ ਆ ਰਹੀ ਜਾਂ ਭਰ ਹੀ ਨਹੀਂ ਪਾ ਰਹੇ ਸੀ ਜਾਂ ਇੱਕ ਹੀ ਟਾਈਮ ਤੇ ਲਾਸਟ ਡੇਟ ਤੱਕ ਕੀ ਹੋਇਆ ਸੀਗਾ ਕਿ ਬਹੁਤ ਸਾਰੇ ਕੈਂਡੀ ਐਕਸਟੈਂਡ ਕਰ ਦਿੱਤਾ ਹੈ ਸੋ ਉਹ 22 11 2021 ਤੱਕ ਜਿਹੜਾ ਜੀ ਉਹ ਕਰ ਦਿੱਤਾ ਗਿਆ ਹੈ ਸੋ ਇਸ ਦੇ ਰਿਲੇਟਡ ਅਗਰ ਤੁਹਾਨੂੰ ਫਿਰ ਵੀ ਦਿੱਕਤ ਆ ਰਹੀ ਹੈ ਤੁਸੀਂ ਜ਼ਰੂਰ ਜਾ ਕੇ ਹੁਣ ਅਪਲਾਈ ਕਰਕੇ ਦੇਖੋ ਕਿ ਕੁਝ ਟਾਈਮ ਤੇ ਬਹੁਤ ਸਾਰੇ ਕੈਂਡੀਡੇਟ ਸੀਗੇ ਜਿਹੜੇ ਕਿ ਇੱਕ ਹੀ ਟਾਈਮ ਤੇ ਜਿਹੜੇ ਸੀ ਇਹਦੇ ਲਈ ਭਰ ਰਹੇ ਸੀਗੇ ਫੀਸ ਤੇ ਉਹ ਦਿੱਕਤ ਤਾਂ ਤੁਹਾਨੂੰ ਆ ਰਹੀ ਸੀਗੀ ਹੁਣ ਤੁਹਾਨੂੰ ਦਿੱਕਤ ਨਹੀਂ ਆਏਗੀ ਤੁਸੀਂ ਜਲਦੀ ਨਾਲ ਜਾ ਕੇ ਇੱਕ ਵਾਰੀ ਜਿਹੜਾ ਜੀ ਜ਼ਰੂਰ ਭਰ ਕੇ ਦੇਖੋ ਠੀਕ ਹੈ ਜੀ ਫਿਰ ਵੀ ਕੋਈ ਦਿੱਕਤ ਆਏ ਤਾਂ ਕਮੈਂਟ ਬਾਕਸ 'ਚ ਕਮੈਂਟ ਜ਼ਰੂਰ ਕਰਿਓ ਜੀ ਔਰ ਇਸ ਤੋਂ ਇਲਾਵਾ ਦੱਸ ਦਵਾਂ ਕਿ ਇਹ ਨੋਟੀਫਿਕੇਸ਼ਨ ਦੇ ਰਿਲੇਟਡ ਇਹ ਪ੍ਰੋਬਲ ਜ਼ਰੂਰ ਜਾ ਕੇ ਕੋਈ ਪਰ ਲੈਣਾ ਤੇ ਚਲੋ ਹੁਣ ਅਸੀਂ ਗੱਲ ਕਰ ਲੈਨੇ ਆ 3rd ਨੋਟੀਫਿਕੇਸ਼ਨ ਦੇ ਬਾਰੇ ਵਿੱਚ ਏ ਉਦੀਨ ਸੇਵਾਵਾਂ ਚੋਨਬੋਰਡ ਪੰਜਾਬ 1 ਪਵਨ ਸੈਕਟਰ 68 ਐਸਐਸ ਨਗਰ ਵੱਲੋਂ ਜਿਹੜਾ ਜੀ ਜਾਰੀ ਕੀਤਾ ਗਿਆ ਹੈ ਸੋ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਉਦੀਨ ਸੇਵਾਵਾਂ ਚੋਨਬੋਰਡ ਪੰਜਾਬ ਇਸ਼ਤਿਹਾਰ ਨੰਬਰ 09/2021 ਰਹੀਂ ਪ੍ਰਕਾਸ਼ਿਤ ਬਲੌਕ ਪੱਧਰ ਪ੍ਰਸਾਰ ਅਫਸਰ ਉੱਚ ਉਦਯੋਗਿਕ ਗੁਣਤੀ ਅਫਸਰ ਆਪਕਾਰੀ ਦੇ ਕਰਨ ਰਿਕਰਤੀ ਅਸਾਮੀਆਂ ਦੀ ਮਿਤੀ 3 10 2021 ਨੂੰ ਹੋਈ ਲਿਖਤੀ ਪ੍ਰੀਖਿਆ ਸੰਬੰਧੀ ਮਿਤੀ 29 10 2021 ਨੂੰ ਉਦੀਨ ਸੇਵਾਵਾਂ ਚੋਨਬੋਰਡ ਦੀ ਵੈਬਸਾਈਟ ਤੇ ਫਾਈਨਲ ਆਨਸਰ ਕੀ ਜਿਹੜੀ ਸੀ ਉਹਨਾਂ ਨੇ ABC ਤੇ D ਦੇ ਸਮੇ ਸਮਰੀ ਵੀ ਜਿਹੜੀ ਸੀ ਤੇ ਰਿਜ਼ਲਟ ਅਪਲੋਡ ਇਦੇ ਵਿੱਚ ਉਹਨਾਂ ਦੀ ਕੁਝ ਪ੍ਰੋਬਲਮ ਮਤਲਬ ਕੁਝ ਗਲਤ ਰਹਿ ਗਈਆਂ ਸੀ ਜਿੱਦਾਂ ਕਿ ਉਹਨਾਂ ਨੇ ਪੁਆਇੰਟ ਸੀਗਾ ਜਿਹੜਾ ਕਿ ਲਿਖਿਆ ਹੋਇਆ ਸੀ 34 ਕੁਐਸਚਨ ਟੋਟਲ ਲਿਖਿਆ ਹੋਇਆ ਸੀ ਲੇਕਿਨ ਉੱਥੇ 33 ਕੁਐਸਚਨ ਹਨ ਠੀਕ ਹੈ ਜੀ ਸੋ ਇਹਨੂੰ ਰਿਪਲੇਸ ਕਰ ਲੈਣਾ ਤੁਸੀਂ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਜਾਂ ਜਿਨ੍ਹਾਂ ਦਾ ਰਿਜ਼ਲਟ ਆਇਆ ਹੈ ਤੇ ਉਸ ਤੋਂ ਬਾਅਦ ਜਿਹੜਾ ਪੁਆਇੰਟ ਨੰਬਰ B ਹੈ ਕਿ ਪੰਜ ਕੁਐਸਚਨ ਲਿਖੇ ਹੋਏ ਸੀ ਬਟ ਪੰਜ ਕੁਐਸਚਨ ਦੀ ਜਗ੍ਹਾ ਤੇ 6th ਕੁਐਸਚਨ 6th ਕੁਐਸਚਨ ਜਿਹੜੀ ਸੀਗੇ ਉੱਥੇ ਲਿਖਿਆ ਜਾਣਾ ਸੀਗਾ ਜੋ ਕਿ ਗਲਤੀ ਨਾਲ ਪੰਜ ਕੁਐਸਚਨ ਲਿਖੇ ਗਏ ਸੀਗੇ ਸੋ ਇਹ ਦੋ ਕਰੈਕਸ਼ਨ ਜਿਹੜੀਆਂ ਨੇ ਉਹਨਾਂ ਨੇ ਇਸ ਨੋਟੀਫਿਕੇਸ਼ਨ ਦੇ ਥਰੂ ਕੀਤੀਆਂ ਨੇ ਜੋ ਕਿ ਇਹਨਾਂ ਨੇ ਸਮਰੀ ਵਿੱਚ ਸੋਧ ਦੇ ਤੌਰ ਤੇ 29 10 2021 ਦੀ ਜਿਹੜਾ ਵੀ ਇਹਨਾਂ ਨੇ ਬੋਰਡ ਦੀ ਵੈਬਸਾਈਟ ਤੇ ਜਾਰੀ ਕੀਤਾ ਸੀ ਨੋਟੀਫਿਕੇਸ਼ਨ ਉਹਦੇ ਰਿਲੇਟਡ ਹੈ ਸੋ ਜ ਨਨੂ ਕੰਡਕਟ ਕਰ ਸਕਦੇ ਹੋ ਸੋ ਇਹ ਤਿੰਨ ਨੋਟੀਫਿਕੇਸ਼ਨ ਜਿਹੜੇ ਨੇ ਜੀ ਪੀ ਟਰਪਲ ਐਸਵੀ ਦੀ ਵੈਬਸਾਈਟ ਤੇ ਹੁਣੇ-ਹੁਣੇ ਜਾਰੀ ਕੀਤੇ ਗਏ ਨੇ ਜੋ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕੁਸ਼ਨ ਹੈ ਤੁਹਾਡਾ ਜਰੂਰ ਕਮੈਂਟ ਕਰਿਓ ਜੀ ਉਹ ਸਾਰੇ ਜੌਬ ਦੇ ਅਪਡੇਟਸ ਲਈ ਸਾਡੀ ਵੈਬਸਾਈਟ ਦੇ ਨਾਲ ਜੁੜੇ ਰਹਿਣਾ ਜੋ ਕਿ eclori.com ਠੀਕ ਹੈ ਜੀ ਤੁਹਾਨੂੰ ਗੂਗਲ 'ਤੇ ਟਾਈਪ ਕਰਨ ਤੇ ਮਿਲ ਜਾਵੇਗੀ ਔਰ ਸਟੱਡੀ ਮਟੀਰੀਅਲ ਡਾਊਨਲੋਡ ਜ਼ਰੂਰ ਕਰ ਲੈਣਾ ਜੀ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜਿਹਨੂੰ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸਾਡੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਚਲੋ ਇਹ ਸੀ